ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਅੱਧਾ ਧਰਮ ਹੈ, ਔਰ ਅੱਧਾ ਧਰਮ ਜੋ ਆਪਾਂ ਰੋਜ਼ਾਨਾ ਜ਼ਿੰਦਗੀ ਵਿੱਚ ਕਰਦੇ ਹਾਂ ਉਹ ਸ਼ੁੱਧ ਹੋਣਾ ਚਾਹੀਦਾ, ਭਾਵ ਆਪਣੀ ਕਿਰਤ ਵਿੱਚ ਕੁਝ ਗਲਤ ਨਾ ਕਰੀਏ। ਅੱਧੀ ਕੋਈ ਚੀਜ਼ ਮਨੁੱਖ ਦੇ ਕੰਮ ਨਹੀਂ ਆਉਂਦੀ, ਅੱਧਾ ਬੀਜਿਆ ਹੋਇਆ ਬੀਜ ਵੀ ਮਨੁੱਖ ਦੇ ਕੰਮ ਨਹੀਂ ਆਉਂਦਾ, ਕਿਉਂਕਿ ਅੱਧਾ ਬੀਜ ਕਦੇ ਫਸਲ ਨਹੀਂ ਅਤੇ ਫਲ ਨਹੀਂ ਦਿੰਦਾ। ਅੱਧੀ ਖਾਧੀ ਹੋਈ ਦਵਾਈ ਕਦੇ ਰੋਗੀ ਨੂੰ ਠੀਕ ਨਹੀਂ ਕਰਦੀ, ਉਹ ਦੁੱਖ ਨਹੀਂ ਮਿਟਾਉਂਦੀ। ਇਸ ਤਰ੍ਹਾਂ ਅੱਧਾ ਕਮਾਇਆ ਹੋਇਆ ਧਰਮ ਮਨੁੱਖ ਨੂੰ ਪਰਮਾਤਮਾ ਤੱਕ ਨਹੀਂ ਲੈ ਕੇ ਜਾਂਦਾ, ਉਹਨੂੰ ਪੂਰਾ ਧਰਮ ਕਮਾਉਣਾ ਪੈਂਦਾ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਜਦੋਂ ਕੋਈ ਪੂਰਾ ਧਰਮ ਕਮਾਉਂਦਾ ਹੈ ਤਾਂ ਗੁਰੂ ਉਸਨੂੰ ਦਰ ਤੋਂ ਚੁੱਕ ਕੇ ਰੱਬ ਦੇ ਘਰ ਪ੍ਰਵਾਨ ਕਰਵਾ ਦਿੰਦੇ ਹਨ। ਸੰਗਤ ਜੀ, ਧਰਤੀ 'ਤੇ ਜਿੰਨੇ ਵੀ ਧਾਰਮਿਕ ਸਥਾਨ ਨੇ ਇਹਨਾਂ ਨੂੰ ਗੁਰਮਤਿ ਗੁਰੂ ਦਾ ਦਰ ਕਿਹਾ ਜਾਂਦਾ ਹੈ। ਤਾਂ ਹੀ ਪਾਤਸ਼ਾਹ ਨੇ ਡੇਰਾ ਕੀਤਾ, ਪਹਿਲਾਂ ਉਸਦਾ ਨਾਮ ਧਰਮਸ਼ਾਲਾ ਰੱਖਿਆ, ਫਿਰ ਉਸਦਾ ਨਾਮ ਗੁਰਦੁਆਰਾ ਪ੍ਰਚਲਿਤ ਹੋਇਆ। ਗੁਰਦੁਆਰੇ ਦਾ ਅਰਥ ਹੈ ਗੁਰੂ ਦਾ ਘਰ, ਦਰ ਦਾ ਭਾਵ ਦਰਵਾਜ਼ਾ। ਜਦੋਂ ਕਿਸੇ ਘਰ ਆਪਾਂ ਦਾਖਿਲ ਹੁੰਦੇ ਹਾਂ ਤਾਂ ਦਰਵਾਜ਼ੇ ਵਿੱਚੋਂ ਦੀ ਲੰਘਦੇ ਹਾਂ, ਹੋਰ ਪਾਸੇ ਦੇ ਘਰ ਵਿੱਚ ਨਹੀਂ ਜਾਂਦੇ। ਆਪਾਂ ਜੇ ਹੋਰ ਕਿਸੇ ਪਾਸੇ ਤੋਂ ਕੋਈ ਘਰ ਵਿੱਚ ਜਾਂਦਾ ਨਾ ਤਾਂ ਉਹਨੂੰ ਚੋਰ ਕਹਿੰਦੇ ਹਾਂ। ਇਸ ਲਈ ਘਰ ਵਿੱਚ ਦਾਖਲ ਹੋਣ ਲਈ ਮੁੱਖ ਹੈ ਦਰਵਾਜ਼ਾ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਕਹਿੰਦੇ ਹਨ, ਜੇ ਕੋਈ ਗੁਰੂ ਘਰ ਦੇ ਵਿੱਚ ਆਉਣਾ ਚਾਹੁੰਦਾ ਹੈ ਤਾਂ ਗੁਰੂ ਦੀ ਸ਼ਰਤ ਹੈ, ਪਹਿਲੀ ਸ਼ਰਤ ਹੈ, ਇਕੱਲਾ ਉਹ ਆਗਿਆ ਨੂੰ ਸੁਣੇ ਨਾ, ਆਪਣੇ ਜੀਵਨ ਵਿੱਚ ਕਮਾਏ ਵੀ ਉਸਨੂੰ। ਜੇ ਜ਼ਿੰਦਗੀ ਅੰਦਰ ਸਹਿਣ ਸ਼ਕਤੀ ਨਹੀਂ ਹੈ ਨਾ ਤਾਂ ਗੁਰੂ ਦਾ ਹੁਕਮ ਕਮਾਇਆ ਨਹੀਂ ਜਾ ਸਕਦਾ। ਗਾਉਣ ਅਤੇ ਸੁਣਨ ਵਾਲੇ ਮਨੁੱਖ ਦਰਵਾਜ਼ੇ ਤੋਂ ਹੀ ਮੁੜ ਜਾਂਦੇ ਹਨ, ਪਾਤਸ਼ਾਹ ਕਹਿੰਦੇ ਹਨ ਉਹਨਾਂ ਨੂੰ ਘਰ ਵਿੱਚ ਥਾਂ ਹੀ ਨਹੀਂ ਮਿਲਦੀ। ਇਸ ਲਈ ਸਤਿਗੁਰ ਦੀ ਬਾਣੀ ਵਿੱਚ ਇਹ ਸ਼ਬਦ ਆਉਂਦੇ ਹਨ, ਨਾ ਸਾਨੂੰ ਪੜ੍ਹਨ ਨਾਲ ਗੁਰੂ ਦੇ ਘਰ ਵਿੱਚ ਥਾਂ ਨਹੀਂ ਮਿਲੀ ਅਤੇ ਨਾ ਸੁਣਨ ਨਾਲ। ਸੁਣਨਾ ਜ਼ਰੂਰੀ ਹੈ, ਇਸ ਤੋਂ ਬਾਅਦ ਸੁਣਨ 'ਤੇ ਉਸ ਮਾਰਗ 'ਤੇ ਚੱਲਣਾ ਵੀ ਜ਼ਰੂਰੀ ਹੈ। ਉਸ 'ਤੇ ਚੱਲਣ ਦੀ ਕੋਸ਼ਿਸ਼ ਕਰੋ, ਤਿਆਰੀ ਕਰੋ, ਕਿਉਂਕਿ ਪੜ੍ਹਨਾ ਵੀ ਲਾਜ਼ਮੀ ਹੈ। ਜੇ ਕੋਈ ਬੋਰਡ 'ਤੇ ਕੁਝ ਨਾਂ ਲਿਖਿਆ ਹੋਵੇਗਾ, ਦਿਸ਼ਾ ਹੀ ਨਾ ਦੱਸੀ ਹੋਵੇਗੀ ਤਾਂ ਮੰਜ਼ਿਲ ਉੱਤੇ ਕਿਵੇਂ ਪਹੁੰਚ ਜਾਂਗੇ? ਉਸ 'ਤੇ ਲਿਖਿਆ ਇੱਥੇ ਉਹ ਪਿੰਡ ਇੰਨੀ ਦੂਰ ਹੈ, ਆਪਾਂ ਪੜ੍ਹ ਰਹੇ ਹਾਂ, ਚੱਲ ਨਹੀਂ ਰਹੇ ਤਾਂ ਕਿਵੇਂ ਪਹੁੰਚ ਜਾਂਗੇ ਆਪਣੀ ਮੰਜ਼ਿਲ 'ਤੇ? ਜੇ ਉਸ ਜਗ੍ਹਾ ਕੁਝ ਲਿਖਿਆ ਹੀ ਨਹੀਂ ਬੋਰਡ, ਤਾਂ ਆਪਾਂ ਬੋਲ ਕੇ ਦੱਸਾਂਗੇ ਕੀ? ਇਸ ਵਾਸਤੇ ਬੋਰਡ 'ਤੇ ਲਿਖਿਆ ਹੋਣਾ ਵੀ ਜ਼ਰੂਰੀ ਹੈ ਅਤੇ ਉਸ ਤੋਂ ਬਾਅਦ ਪੜ੍ਹ ਕੇ ਉਸ 'ਤੇ ਚੱਲਣਾ ਵੀ ਜ਼ਰੂਰੀ ਹੈ, ਤਾਂ ਹੀ ਮੰਜ਼ਿਲ 'ਤੇ ਪਹੁੰਚਾਂਗੇ। ਮਹਾਰਾਜ ਜੀ ਨੇ ਬਚਨ ਕਹੇ ਹਨ, ਪੜ੍ਹ ਸੁਣ ਨਾਲ ਨਾਲ ਕੁਝ ਕਰ ਵੀ, ਉਸ ਮਾਰਗ 'ਤੇ ਚੱਲ ਵੀ। ਹੁਕਮ ਸੁਣਨਾ ਅਤੇ ਸਹਿਣਾ ਸਿੱਖ। ਜਿਸ ਦਿਨ ਹੁਕਮ ਸਹਿਣਾ ਆ ਗਿਆ ਉਸ ਦਿਨ ਗੁਰੂ ਦਰ ਤੋਂ ਰੱਬ ਦੇ ਘਰ ਪ੍ਰਵਾਨ ਹੋ ਜਾਏਗਾ। ਗੁਰੂ ਅਰਜਨ ਦੇਵ ਜੀ ਨੇ ਪੰਜ ਸ਼ਰਤਾਂ ਰੱਖੀਆਂ ਗੁਰੂ ਤੱਕ ਜਾਣ ਲਈ। ਪਹਿਲਾ, ਸਹਿਣਾ ਸਿੱਖ। ਦੂਜਾ, ਆਗਿਆ ਮੰਨਣ ਨਾਲ ਪ੍ਰਵਾਨ ਨਹੀਂ ਹੋਣਾ, ਉਸ ਤੋਂ ਬਾਅਦ ਆਗਿਆ ਨੂੰ ਮੰਨ, ਆਪਣਾ ਆਪ ਛੱਡ। ਕਿਤੇ ਇਹ ਕਹਿ ਦੇ ਜੀ ਮੈਂ ਤਾਂ ਸਵੇਰੇ ਇੰਨੇ ਵਜੇ ਉੱਠਦਾ ਵਾਂ, ਇੰਨਾ ਨਿਤਨੇਮ ਕਰਦਾ ਵਾਂ, ਇੰਨਾ ਪਾਠ ਕਰਦਾ ਵਾਂ, ਮੈਂ ਇਹ ਕਰਦਾ ਵਾਂ, ਫਿਰ ਹੋਮੇ ਆ ਗਈ। ਇਹ ਹੋਮੇ ਨੂੰ ਛੱਡ, ਆਪਣਾ ਆਪ ਛੱਡ। ਗੁਰੂ ਨਾਨਕ ਦੇਵ ਜੀ ਦੇ ਦਰ 'ਤੇ ਆ ਕੇ ਖੁਦ ਨੂੰ ਅਰਪਣ ਕਰ ਦੇ, ਹੋਮੇ ਛੱਡ ਦੇ। ਗੁਰਮਤਿ ਖਾਲੀ ਪੜ੍ਹਨ ਦਾ ਵਿਸ਼ਾ ਨਹੀਂ ਹੈ, ਨਾ ਹੀ ਖਾਲੀ ਸੁਣਨ ਦਾ। ਗੁਰਮਤਿ ਤਾਂ ਬੁੱਝਣ ਦਾ ਵਿਸ਼ਾ ਹੈ। ਜੇ ਪੜ੍ਹਨ ਦਾ ਵਿਸ਼ਾ ਹੈ ਤਾਂ ਅੱਗਿਆਂ ਜੋ ਗਿਆਨੀ ਨੇ ਜੋ ਇੰਨਾ ਪਾਠ ਕਰਦੇ ਨੇ, ਉਹਨਾਂ ਨੂੰ ਤਾਂ ਕਦੋਂ ਦਾ ਰੱਬ ਮਿਲ ਜਾਣਾ ਸੀ? ਖਾਲੀ ਪੜ੍ਹਨ ਅਤੇ ਯਾਦ ਕਰਨ ਨਾਲ ਰੱਬ ਨਹੀਂ ਮਿਲਦਾ। ਹੁਣ ਇਹ ਵੀ ਨਹੀਂ ਕਿ ਪੜ੍ਹਨਾ ਨਹੀਂ ਚਾਹੀਦਾ, ਗਿਆਨ ਵੀ ਜ਼ਰੂਰੀ ਹੈ। ਗਿਆਨ ਤੋਂ ਬਗੈਰ ਮਨੁੱਖ ਅਧੂਰਾ ਹੈ। ਮਹਾਰਾਜ ਨੇ ਕਿਹਾ ਹੈ, ਸਿੱਖਾ ਖਾਲੀ ਪੜ੍ਹਨ ਨਾਲ ਨਹੀਂ ਤੈਨੂੰ ਬੁੱਝਣਾ, ਰੱਬ ਨੂੰ ਬੁੱਝ, ਉਹਨਾਂ ਦੇ ਮਾਰਗ 'ਤੇ ਚੱਲ। ਜਿਨ੍ਹਾਂ ਨੇ ਗੁਰਮਤਿ ਨੂੰ ਬੁੱਝ ਲਿਆ ਉਹ ਸੱਚ ਦੇ ਰਸਤੇ 'ਤੇ ਚੱਲ ਪਏ। ਜਪਜੀ ਸਾਹਿਬ ਵਿੱਚ ਗੁਰੂ ਜੀ ਕਹਿੰਦੇ ਹਨ, ਗੁਰਮਤਿ ਨੂੰ ਬੁੱਝ ਤਾਂ ਹੀ ਤੂੰ ਸਚਿਆਰ ਬਣ ਸਕਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮਸ਼ਾਲਾ ਕਰਤਾਰਪੁਰ ਸਾਹਿਬ ਵਿਖੇ ਕਈ ਸਿੱਖਾਂ ਨੂੰ ਬਾਰ ਬਾਰ ਰਾਤ ਦੇ ਸਮੇਂ ਬਾਹਰ ਭੇਜਿਆ ਅਤੇ ਕਿਹਾ, ਦੇਖ ਕੇ ਆਓ ਕਿੰਨੀ ਕੁ ਰਾਤ ਰਹਿ ਗਈ ਹੈ। ਉਸ ਸਮੇਂ ਘੜੀਆਂ ਨਹੀਂ ਸੀ ਹੁੰਦੀਆਂ ਜਿਵੇਂ ਹੁਣ ਆਪਾਂ ਘੜੀ ਤੋਂ ਸਮਾਂ ਦੇਖ ਲੈਂਦੇ ਹਾਂ।
ਪੁਰਾਤਨ ਸਮੇਂ ਵਿੱਚ ਆਕਾਸ਼ ਵਿੱਚ ਤਿੰਨ ਤਾਰਿਆਂ ਦੀ ਇੱਕ ਸੇਧ ਨੂੰ ਦੇਖ ਕੇ ਹੀ ਉਸ ਸਮੇਂ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ ਕਿ ਕਿੰਨਾ ਕੁ ਸਮਾਂ ਅਜੇ ਬਾਕੀ ਹੈ ਅਤੇ ਕਿੰਨਾ ਹੋਇਆ। ਪਹਿਲਾ ਸਿੱਖ ਗਿਆ, ਉਹ ਆ ਕੇ ਕਹਿੰਦਾ ਜੀ ਅੱਧੀ ਹੋ ਗਈ ਹੈ। ਕੋਈ ਕਹਿੰਦਾ ਪਹਿਲਾ ਪਹਿਰ ਹੋ ਗਿਆ, ਕੋਈ ਕਹਿੰਦਾ ਪਹਿਲਾ ਪਹਿਰ ਹੋਣ ਵਾਲਾ। ਫਿਰ ਭਾਈ ਲਹਿਣਾ ਜੀ ਦੀ ਵਾਰੀ ਆਉਂਦੀ ਹੈ। ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨੂੰ ਕਹਿੰਦੇ ਜਾਓ ਦੇਖ ਕੇ ਤਾਂ। ਹੁਕਮ ਮੰਨ ਕੇ ਬਾਹਰ ਚਲੇ ਗਏ, ਫਿਰ ਅੰਦਰ ਆਏ। ਵਾਹਿਗੁਰੂ ਕਹਿੰਦੇ ਕਿੰਨੀ ਕੁ ਰਹਿ ਗਈ ਹੈ, ਕੁਝ ਬੋਲ। ਗੁਰੂ ਨਾਨਕ ਦੇਵ ਜੀ ਕਹਿੰਦੇ ਲੈਣਿਆ ਦੱਸ, ਰਾਤ ਦਾ ਕਿੰਨਵਾਂ ਪਹਿਰ ਹੈ, ਕਿੰਨੀ ਗੁਜ਼ਰ ਗਈ ਹੈ। ਉਹਨੇ ਕਿਹਾ ਮਹਾਰਾਜ ਪਹਿਲਾਂ ਤਾਂ ਚੁੱਪ ਰਹੇ, ਫਿਰ ਬੋਲੇ ਮਹਾਰਾਜ ਜਿੰਨੀ ਕੁ ਤੁਹਾਡੇ ਹੁਕਮ ਵਿੱਚ ਸੀ ਉਹ ਲੰਘ ਗਈ ਹੈ, ਅਤੇ ਜੋ ਬਾਕੀ ਹੈ ਉਹ ਵੀ ਤੁਹਾਡੇ ਹੁਕਮ ਵਿੱਚ ਹੀ ਲੰਘਣੀ ਹੈ। ਇਹਨੂੰ ਕਹਿੰਦੇ ਹਨ ਗੁਰੂ ਨੂੰ ਬੁੱਝ ਲੈਣਾ। ਜਦੋਂ ਗੁਰੂ ਨੂੰ ਬੁੱਝ ਲਿਆ ਅਤੇ ਸੂਰਤ ਵਿੱਚ ਸੁਚੇਤ ਹੋ ਗਏ ਤਾਂ ਤੁਸੀਂ ਆਪਣੇ ਵਾਹਿਗੁਰੂ ਨੂੰ ਪਾ ਲਿਆ। ਬੁੱਝਣ ਦਾ ਭਾਵ ਹੈ 24 ਘੰਟੇ ਦ੍ਰਿੜ ਹੋ ਜਾਣਾ। ਗੁਰੂ ਅਰਜਨ ਦੇਵ ਜੀ ਨੇ ਕਿਹਾ ਜਿਸ ਨੇ ਇਹ ਆਪਣੇ ਅੰਦਰ ਦ੍ਰਿੜ ਕਰ ਲਿਆ ਨਾ, ਵਾਹਿਗੁਰੂ ਮੇਰੇ ਨਾਲ ਹੈ, ਉਹ ਅੰਤਰਯਾਮੀ ਹੈ, ਉਹ ਸਭ ਜਗ੍ਹਾ ਮੈਨੂੰ ਵੇਖ ਰਿਹਾ, ਉਸ ਤੋਂ ਕੁਝ ਵੀ ਨਹੀਂ ਛੁਪਾਇਆ ਜਾ ਸਕਦਾ। ਜਿਸ ਦਿਨ ਇਹ ਅਨੁਭਵ ਅਸੀਂ ਕਰਨ ਲੱਗ ਪਏ, ਭਾਵ ਸਿੱਖ ਗੁਰੂ ਨੂੰ ਬੁੱਝਣ ਲੱਗ ਗਿਆ, ਉਸ ਦਿਨ ਦਾ ਜੀਵਨ ਨਿਰਮਲ ਹੋ ਜਾਏਗਾ, ਮੈਲ ਨਹੀਂ ਪ੍ਰਵੇਸ਼ ਕਰ ਸਕੇਗੀ। ਉਹਦਾ ਮਨ ਨਿਰਮਲ ਹੋ ਗਿਆ, ਹਿਰਦਾ ਨਿਰਮਲ ਹੋ ਗਿਆ। ਫਿਰ ਉਹ ਜਦੋਂ ਉਹਨੂੰ ਪਤਾ ਹੈ ਕਿ ਰੱਬ ਹਰ ਜਗ੍ਹਾ, ਉਹ ਕਦੀ ਕੋਈ ਮਾੜਾ ਕੰਮ ਵੀ ਨਹੀਂ ਕਰੇਗਾ, ਕਿਰਤ ਵੀ ਸੱਚ ਦੀ ਕਰੇਗਾ, ਸੱਚ ਬੋਲੇਗਾ, ਅਤੇ ਵਾਹਿਗੁਰੂ ਆਪੇ ਅੰਗ ਸੰਗ ਰਹਿਣਗੇ। ਫਿਰ ਕੋਈ ਔਂਕੜ ਨਹੀਂ ਆਏਗੀ, ਅਤੇ ਵਾਹਿਗੁਰੂ ਦੇ ਲੜ ਲੱਗਿਆ ਰਹੇਗਾ, ਹੋਰਾਂ ਨੂੰ ਵੀ ਲੜ ਲਾਏਗਾ। ਜਿਸ ਦਿਨ ਮਨ ਵਿੱਚ ਇਹ ਆ ਗਿਆ ਨਾ ਕਿ ਮੈਨੂੰ ਰੱਬ ਦੇਖ ਰਿਹਾ, ਕਰਮ ਵੀ ਉੱਦਾਂ ਦੇ ਹੀ ਕਰਾਂਗੇ, ਅਤੇ ਜੀਵਨ ਨਿਰਮਲ ਹੋ ਜਾਏਗਾ, ਫਿਰ ਕਿਸੇ ਤਰ੍ਹਾਂ ਦਾ ਕੋਈ ਭੈ ਨਹੀਂ ਰਹੇਗਾ। ਕਿਉਂਕਿ ਜਿੱਥੇ ਸੱਚ ਹੈ, ਜਿੱਥੇ ਵਾਹਿਗੁਰੂ ਦਾ ਨਾਮ ਹੈ, ਉੱਥੇ ਉਹ ਪਰਮੇਸ਼ਵਰ ਆਪ ਹੈ। ਜਿੱਥੇ ਪਰਮੇਸ਼ਵਰ ਆਪ ਹੈ, ਉੱਥੇ ਕੋਈ ਦਰਦ ਦੁੱਖ ਤਕਲੀਫ ਆ ਹੀ ਨਹੀਂ ਸਕਦਾ। ਅਸੀਂ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਨਾ ਚਾਹੁੰਦੇ ਹੋਏ ਵੀ ਝੂਠ ਬੋਲ ਦਿੰਦੇ ਹਾਂ, ਪਰ ਕੋਸ਼ਿਸ਼ ਕਰੀਏ ਕਿ ਉਹ ਝੂਠ ਨੂੰ ਬੋਲੀਏ ਹੀ ਨਾ। ਜੇ ਕਦੀ ਸਾਡੇ ਤੋਂ ਕੋਈ ਝੂਠ ਬੋਲਿਆ ਵੀ ਜਾਂਦਾ ਤਾਂ ਉਹਦੀ ਖਿਮਾ ਮੰਗ ਲਓ ਕਿ ਮੇਰੇ ਤੋਂ ਗਲਤੀ ਹੋ ਗਈ ਹੈ, ਪਰ ਮੈਂ ਅੱਜ ਤੋਂ ਨਹੀਂ ਬੋਲਾਂਗਾ। ਜਦੋਂ ਅਸੀਂ ਉਸਦੇ ਕੋਲ ਇਹ ਖਿਮਾ ਮੰਗ ਲਾਂਗੇ ਨਾ, ਤਾਂ ਅੰਦਰ ਵੀ ਸ਼ਾਂਤੀ ਹੋ ਜਾਏਗੀ, ਅਤੇ ਅਗਲੀ ਵਾਰੀ ਝੂਠ ਬੋਲਣ ਲੱਗੇ 100 ਵਾਰ ਸੋਚਾਂਗੇ, ਫਿਰ ਜ਼ੁਬਾਨ 'ਤੇ ਆਪ ਹੀ ਸੱਚ ਆ ਜਾਏਗਾ। ਕਿਰਤ ਵੀ ਸੱਚ ਦੀ ਕਰਾਂਗੇ, ਜੇ ਆਪਾਂ ਕਰਾਂਗੇ ਆਪਾਂ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਸਿਖਾਵਾਂਗੇ, ਉਹ ਅੱਗੇ ਸਿਖਾਉਣਗੇ, ਐਵੇਂ ਪੂਰਾ ਵਾਤਾਵਰਨ ਆਪੇ ਹੀ ਸੱਚ ਦੀ ਰਾਹ 'ਤੇ ਚੱਲ ਜਾਏਗਾ, ਅਤੇ ਅਸੀਂ ਆਪਣੇ ਗੁਰੂ ਦੇ ਲੜ ਲੱਗ ਜਾਵਾਂਗੇ। ਇਹ ਉਲਾਮਾ ਆਪਣਾ ਬੜਾ ਗਲਤ ਹੈ ਕਿ ਬੱਚੇ ਸਿੱਖਿਆ ਨਹੀਂ ਲੈਂਦੇ। ਵਾਸਤਵ ਵਿੱਚ ਸਾਡੇ ਘਰਾਂ ਦਾ ਮਾਹੌਲ ਹੀ ਉਸ ਤਰ੍ਹਾਂ ਦਾ ਨਹੀਂ ਹੈ। ਇੱਕ ਗੱਲ ਦਾ ਧਿਆਨ ਕਰੀਏ, ਕਿੰਨੀਆਂ ਮਾਵਾਂ ਸ਼ਾਮ ਜਾਂ ਰਾਤ ਸਮੇਂ ਪਾਠ ਕਰਦੀਆਂ ਹਨ, ਜਾਂ ਕਿੰਨੇ ਪਿਤਾ ਰਾਤ ਨੂੰ ਜਦੋਂ ਆਉਂਦੇ ਹਨ ਇਹ ਕਹਿੰਦੇ ਹਨ ਕਿ ਅੱਜ ਮੈਂ ਕੰਮ ਤੋਂ ਆ ਗਿਆ ਵਾਂ, ਚਲੋ ਅੱਜ ਮੇਰੇ ਕੋਲ ਸਮਾਂ ਵੀ ਹੈ, ਆਪਾਂ ਗੁਰਬਾਣੀ ਪੜ੍ਹੀਏ, ਸਹਿਜ ਪਾਠ ਕਰ ਲਈਏ, 2 ਅੰਗ ਪੜ੍ਹ ਲਈਏ। ਮਾਹੌਲ ਸਾਡੇ ਪਰਿਵਾਰ ਵਿੱਚ ਅੱਜ ਐਵੇਂ ਦਾ, ਅਸੀਂ ਇਕੱਠੇ ਬੈਠ ਨਾਟਕ ਦੇਖ ਸਕਦੇ ਹਾਂ, ਟੀਵੀ 'ਤੇ ਸੀਰੀਅਲ ਦੇਖ ਸਕਦੇ ਹਾਂ, ਚੰਗੀ ਮੂਵੀ ਲੱਗੀ ਹੋਵੇ ਉਹ ਦੇਖ ਸਕਦੇ ਹਾਂ, ਪਰ ਗੁਰਬਾਣੀ ਵਾਲੇ ਪਾਸੇ ਅਸੀਂ ਬਹੁਤ ਘੱਟ ਹਾਂ। ਫਿਰ ਦੋਸ਼ ਦਿੰਦੇ ਹਾਂ ਸਾਡੇ ਬੱਚੇ ਨਾ ਸਾਡੇ ਪਾਸ ਨਹੀਂ ਰਹਿੰਦੇ, ਉਹ ਪਤਾ ਨਹੀਂ ਕਿਸ ਪਾਸੇ ਜਾ ਰਹੇ ਨੇ। ਵਾਸਤਵ ਵਿੱਚ ਹੈ ਕਿ ਅਸੀਂ ਖੁਦ ਹੀ ਨਹੀਂ ਤੁਰਨਾ ਚਾਹੁੰਦੇ ਤਾਂ ਉਹਨਾਂ ਨੂੰ ਕੀ ਤੋਰਾਂਗੇ, ਦੱਸੋ ਉਹ ਤੁਰਨਗੇ ਸਾਡੇ ਤੋਂ ਬਿਨਾਂ? ਇਹ ਜੋ ਠੇਕੇ ਖੁੱਲ੍ਹੇ ਨੇ ਉੱਥੇ ਬੱਚੇ ਜਾਂਦੇ ਦੇਖੇ ਨੇ ਕਦੀ? ਨਹੀਂ ਨਾ, ਪਹਿਲਾਂ ਵੱਡੇ ਜਾਂਦੇ ਨੇ। ਤਾਂ ਵਾਸਤਵ ਵਿੱਚ ਰਾਹ ਹੀ ਗਲਤ ਹੈ। ਆਪਾਂ ਕਹਿੰਦੇ ਹਾਂ ਜੀ ਨੌਜਵਾਨ ਵਰਗ ਗੁੰਮਰਾਹ ਹੋ ਰਿਹਾ, ਪਤਾ ਨਹੀਂ ਕਿੱਧਰ ਜਾ ਰਿਹਾ, ਇਹ ਪੀੜ੍ਹੀ ਨੂੰ ਕੀ ਹੋ ਗਿਆ। ਆਪਣੇ ਆਸ ਪਾਸ ਇੱਕ ਝਾਤੀ ਮਾਰ ਕੇ ਦੇਖ ਲਓ, ਹੁਣ ਇਹ ਸੁਣ ਰਹੇ ਹੋ ਨਾ, ਇੱਕ ਵਾਰੀ ਆਸੇ ਪਾਸੇ ਦੇਖ ਲਓ, ਵੱਡੇ ਅੱਜ ਕਿਸ ਪਾਸੇ ਜਾ ਰਹੇ ਨੇ, ਕੀ ਕਹੋਗੇ ਉਹਨਾਂ ਨੂੰ ਇਹ ਗੱਲ ਦਾ? ਬੱਚੇ ਤਾਂ ਬਹਾਨਾ ਬਣ ਗਏ ਨੇ, ਸੁਧਰਨਾ ਅਸੀਂ ਆਪ ਨਹੀਂ, ਅਜੇ ਵੀ ਕੁਝ ਨਹੀਂ ਵਿਗੜਿਆ। ਪੰਜਾਬੀ ਵਿੱਚ ਕਹਾਵਤ ਹੈ ਨਾ, ਡੁੱਲਿਆ ਬੇਰਾਂ ਦਾ ਕੁਝ ਨਹੀਂ ਵਿਗੜਿਆ, ਇਕੱਠੇ ਕਰ ਲਓ, ਆਪਾਂ ਵੀ ਕੋਸ਼ਿਸ਼ ਕਰ ਲਈਏ। ਔਲਾਦ ਨਾ ਹੋਵੇ ਤਾਂ ਆਪਾਂ ਤਰਲੇ ਕਰਦੇ ਹਾਂ ਕਿ ਵਾਹਿਗੁਰੂ ਔਲਾਦ ਦੇ ਦੇ, ਵਾਹਿਗੁਰੂ ਔਲਾਦ, ਅਤੇ ਜੋ ਸਾਡੇ ਕੋਲ ਹੈ ਉਹਨੂੰ ਅਸੀਂ ਸੰਭਾਲ ਨਹੀਂ ਰਹੇ, ਉਹਦੇ ਲਈ ਅਸੀਂ ਕੋਈ ਯਤਨ ਨਹੀਂ ਕਰ ਰਹੇ। ਆਪਾਂ ਕਿਉਂ ਨਾ ਆਪਣੀ ਔਲਾਦ ਨੂੰ, ਆਪਣੇ ਬੱਚਿਆਂ ਨੂੰ ਇਹ ਦੱਸੀਏ ਕਿ ਸਿੱਖੀ ਕੀ ਹੈ? ਜੇ ਅਸੀਂ ਖੁਦ ਸਿੱਖੀ 'ਤੇ ਚੱਲਾਂਗੇ ਤਾਂ ਹੀ ਉਹਨਾਂ ਨੂੰ ਦੱਸਾਂਗੇ। ਸ਼ਾਮ ਨੂੰ ਤਾਂ ਆਪਣੇ ਸਭ ਕੋਲ ਸਮਾਂ ਹੁੰਦਾ, ਜਦੋਂ ਸਾਰਾ ਪਰਿਵਾਰ ਬੈਠਦਾ ਹੈ ਉਦੋਂ ਹੀ ਗੁਰਬਾਣੀ ਦਾ ਜਾਪ ਕਰ ਲਈਏ, ਉਹਨਾਂ ਨੂੰ ਵੀ ਦੱਸ ਦਈਏ ਕਿ ਗੁਰਬਾਣੀ ਕੀ ਹੈ। ਜਦੋਂ ਆਪ ਨੂੰ ਹੀ ਨਹੀਂ ਪਤਾ ਤਾਂ ਉਹਨਾਂ ਨੂੰ ਕੀ ਦੱਸਾਂਗੇ?
ਸਿੱਖੀ ਅਸਮਾਨੋਂ ਤਾਂ ਡਿੱਗਣੀ ਨਹੀਂ ਹੈ, ਅਪਣਾਉਣੀ ਪੈਣੀ ਹੈ ਨਾ, ਉਹਨੂੰ ਧਾਰਾਂਗੇ। ਜੇ ਆਪ ਅਸੀਂ ਸ਼ਾਮ ਨੂੰ ਬੈਠ ਕੇ ਮੂਲ ਮੰਤਰ ਦਾ ਜਾਪ ਕਰੀਏ, ਰਹਿਰਾਸ ਸਾਹਿਬ ਕਰੀਏ, ਕੀਰਤਨ ਸੋਹਲਾ ਕਰੀਏ, ਉਹਨਾਂ ਨੂੰ ਵੀ ਪਤਾ ਲੱਗੇਗਾ ਕਿ ਇਹ ਗੁਰਬਾਣੀ ਹੈ। ਜਦੋਂ ਅਸੀਂ ਕਰਾਂਗੇ ਸਾਡੇ ਤੋਂ ਹੀ ਸਿੱਖਣਗੇ, ਅਸੀਂ ਜੋ ਕਰਦੇ ਹਾਂ ਨਾ ਬੱਚੇ ਉਹੀ ਸਿੱਖਦੇ ਨੇ। ਇਸ ਲਈ ਕਿਸੇ ਨੂੰ ਉਲਾਮੇ ਦੇਣ ਤੋਂ ਚੰਗਾ ਹੈ ਖੁਦ ਗੁਰਬਾਣੀ ਦਾ ਜਾਪ ਕਰੀਏ, ਸਾਨੂੰ ਦੇਖ ਕੇ ਉਹ ਵੀ ਕਰਨਗੇ।